ਉਹੀ ਵਿੱਕੀ ਗਾਉਂਡਰ ਜਿਹੜਾ ਕਿਤੇ ਸੁੱਖਾ ਕਾਲਮਾ ਦਾ ਕਤਲ ਕਰਕੇ ਚਰਚਾ ਦੇ ਵਿੱਚ ਆਇਆ ਸੀ ਅਤੇ ਅਸੀਂ ਅੱਜ ਖੜ੍ਹੇ ਹਾਂ ਪਿੰਡ ਕਾਲਮਾ ਦੀ ਸੜਕ ਉੱਤੇ ਜੋ ਸੁੱਖਾ ਕਾਲਮਾ ਦਾ ਜੱਦੀ ਪਿੰਡ ਹੈ ਅਤੇ ਇਸੇ ਪਿੰਡ ਵਿੱਚ ਵਿੱਕੀ ਗਾਉਂਡਰ ਵੀ ਆਉਂਦਾ ਰਿਹਾ ਹੈ ਕਿਉਂਕਿ ਕਿਸੇ ਵੇਲੇ ਵਿੱਕੀ ਗਾਉਂਡਰ ਅਤੇ ਸੁੱਖਾ ਕਾਲਮਾ ਦੀ ਭਰਾਵਾਂ ਵਾਲੀ ਆ ਰਹੀ ਸੀ। ਇੱਥੇ ਕਈ ਸਾਲ ਵਿੱਕੀ ਗਾਉਂਡਰ ਰਿਹਾ ਕਿਉਂਕਿ ਜਲੰਧਰ ਦੇ ਸਪੋਰਟਸ ਕਾਲਜ ਉਹ ਪੜ੍ਹਦਾ ਸੀ ਅਤੇ ਉਸ ਤੋਂ PG ਜਿਹੜਾ ਨਹੀਂ ਲੈਣ ਦਿੱਤਾ ਸੁੱਖਾ ਕਾਲਮਾ ਦੇ ਅਤੇ ਇਸੇ ਘਰ 'ਚ ਉਹ ਰਹਿੰਦੇ ਸੀ ਇੱਥੇ ਅਤੇ ਇੱਥੇ ਉਹ ਇਕੱਠੇ ਰੋਟੀ ਪਾਣੀ ਖਾਂਦੇ ਸੀ ਪਰ ਅਚਾਨਕ ਇਹ ਦੋਸਤੀ ਦੁਸ਼ਮਣੀ 'ਚ ਬਦਲ ਗਈ ਅਤੇ 21 ਜਨਵਰੀ 2015 ਨੂੰ ਵਿੱਕੀ ਗਾਉਂਡਰ ਨੇ ਪੁਲਿਸ ਹਿਰਾਸਤ ਦੇ ਵਿੱਚ ਫਗਵਾੜਾ ਦੇ ਕੋਲ ਸੁੱਖਾ ਕਾਲਮਾ ਦਾ ਕਤਲ ਕਰ ਦਿੱਤਾ ਅਤੇ ਹੁਣ ਵਿੱਕੀ ਗਾਉਂਡਰ ਦਾ ਵੀ ਜਿਹੜੀ ਇਨਕਾਊਂਟਰ ਹੋ ਚੁੱਕਾ ਆ ਮਰ ਚੁੱਕਾ ਆ ਅਤੇ ਅੱਜ ਅਸੀਂ ਪਹੁੰਚੇ ਹਾਂ ਸੁੱਖਾ ਕਾਲਮਾ ਦੇ ਪਰਿਵਾਰ ਕੋਲ ਉਹਨਾਂ ਦੇ ਪਿੰਡ ਕਿ ਉਹਨਾਂ ਦੀ ਇਸ ਮੁੱਦੇ ਉੱਤੇ ਕੀ ਪ੍ਰਤੀਕਿਰਿਆ ਇਸ ਖਬਰ 'ਤੇ ਕੀ ਪ੍ਰਤੀਕਿਰਿਆ ਵਿੱਕੀ ਗਾਉਂਡਰ ਦੀ ਮੌਤ 'ਤੇ ਕੀ ਪ੍ਰਕਿਰਿਆ ਹਾਲਾਂਕਿ ਸੁੱਖਾ ਕਾਲਮਾ ਦੇ ਮਾਤਾ ਪਿਤਾ ਅਮੈਰੀਕਾ 'ਚ ਰਹਿੰਦੇ ਆ ਪਰ ਜਿਹੜੇ ਵੀ ਉਹਨਾਂ ਦੇ ਪਰਿਵਾਰ ਦੇ ਇੱਥੇ ਮੈਂਬਰ ਰਹਿੰਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਸ ਖਬਰ ਉੱਤੇ ਉਹਨਾਂ ਦੀ ਕੀ ਪ੍ਰਤੀਕਿਰਿਆ। ਗੈਂਗਸਟਰ ਵਿੱਕੀ ਗਾਉਂਡਰ ਦਾ ਕਤਲ ਹੋ ਚੁੱਕਾ ਅਤੇ ਅੱਜ ਅਸੀਂ ਬੈਠੇ ਹਾਂ ਸੁੱਖਾ ਕਾਲਮਾ ਦੇ ਘਰ। ਕਿਸੇ ਵੇਲੇ ਸੁੱਖਾ ਕਾਲਮਾ ਅਤੇ ਵਿੱਕੀ ਗਾਉਂਡਰ ਦੀ ਬਹੁਤ ਦੋਸਤੀ ਹੁੰਦੀ ਸੀ ਪਰ ਇੱਕ ਵੇਲਾ ਇਹੋ ਜਿਹਾ ਵੀ ਆਇਆ ਕਿ ਵਿੱਕੀ ਗਾਉਂਡਰ ਨੇ ਹੀ ਸੁੱਖਾ ਕਾਲਮਾ 'ਤੇ ਹਮਲਾ ਕੀਤਾ ਅਤੇ ਉਹਦਾ ਕਤਲ ਕੀਤਾ। ਖੈਰ ਅਸੀਂ ਸੁੱਖਾ ਕਾਲਮਾ ਦੇ ਘਰ ਬੈਠੇ ਹਾਂ, ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਵੱਡੇ ਭਰਾ ਵਰਗੇ ਭੁਪਿੰਦਰ ਸਿੰਘ ਭਿੰਦਾ ਕਾਲੋ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਕਿਹੋ ਜਿਹਾ ਰਿਸ਼ਤਾ ਸੀ ਉਹਨਾਂ ਦਾ ਅਤੇ ਪ੍ਰਤੀਕਿਰਿਆ ਕੀ ਉਹਨਾਂ ਦੀ ਪਹਿਲੀ, ਕਿਉਂਕਿ ਸਾਫ਼ ਤੌਰ 'ਤੇ ਸੀਗਾ ਇਹ ਕਿ ਵਿੱਕੀ ਗਾਉਂਡਰ ਨੇ ਸੁੱਖਾ ਕਾਲਮਾ ਦਾ ਕਤਲ ਕੀਤਾ ਸੀ ਅਤੇ ਅੱਜ ਸੁੱਖੇ ਕਾਲਮੇ ਦੇ ਪਰਿਵਾਰ 'ਚ ਕੀ ਆਲਮ ਆ। ਪਿੰਦਾ ਜੀ ਪਹਿਲਾਂ ਤਾਂ ਦੱਸੋ ਕਿ ਜਦੋਂ ਤੁਸੀਂ ਇਹ ਖਬਰ ਸੁਣੀ ਅਤੇ ਪਹਿਲਾ ਪ੍ਰਤੀਕਰਮ ਕੀ ਸੀ ਤੁਹਾਡਾ ਵਿੱਕੀ ਗਾਉਂਡਰ ਦੀ ਮੌਤ? ਦੇਖੋ ਜੀ, ਜਦੋਂ ਪਤਾ ਲੱਗਾ ਤਾਂ ਅਸੀਂ ਤਾਂ ਪਰਮਾਤਮਾ ਦਾ ਇਹੋ ਹੀ ਭਾਣਾ ਵੀ ਪਰਮਾਤਮਾ ਨੇ ਇਨਸਾਫ ਕੀਤਾ ਆ, ਜਿਹੋ ਜਿਹੀ ਕਰਨੀ ਇਹੋ ਜਿਹੀ ਭਰਨੀ, ਅਤੇ ਜੋ ਪਰਮਾਤਮਾ ਨੇ ਜਿੱਦਾਂ ਦੇ ਉਹਨੇ ਕਰਮ ਕੀਤੇ ਸੀ ਅਤੇ ਜਿੱਦਾਂ ਉਹਨੇ ਸੁੱਖੇ ਨੂੰ ਇੱਥੇ ਕਸਟਡੀ ਦੇ ਵਿੱਚ ਜਾਂਦੇ ਨੂੰ ਉਹਨੇ ਉਹਦੇ ਲੱਗੀਆਂ ਦੂਜੀਆਂ ਹੱਥ ਕੜੀਆਂ ਲੱਗੀਆਂ ਦੇ ਉਹਨੇ ਜਿਹੜੀਆਂ ਉਹਨੂੰ ਇੰਨੇ ਬੰਦੇ ਲੈ ਕੇ ਅਤੇ ਬਿਨਾਂ ਵਜ੍ਹਾ ਨਾਲ ਕੋਈ ਉਹਦੇ ਨਾਲ ਹੀ ਯਾਰੀ ਦੋਸਤੀ ਉਹਦੇ ਘਰ ਹੀ ਬਹਿ ਕੇ ਖਾਣਾ ਪੀਣਾ ਸਭ ਕੁਛ ਉਹੋ ਹੀ ਉਹਨੇ ਨਮਕ ਹਰਾਮ ਵਾਲੀ ਕੰਮ ਕੀਤਾ ਅਤੇ ਅਸੀਂ ਤਾਂ ਪਰਮਾਤਮਾ ਦਾ ਕਹਿੰਦੇ ਕਿ ਪਰਮਾਤਮਾ ਨੇ ਜਿਹੜਾ ਇਨਸਾਫ ਕੀਤਾ। ਮਤਲਬ ਕਿ ਤੁਸੀਂ ਇਸ ਜਿਹੜੀ ਪੁਲਿਸ ਨੇ ਮੁਕਾਬਲਾ ਬਣਾਇਆ ਤੁਸੀਂ ਇਹਨੂੰ ਮੰਗਦੇ ਹੋ ਕਿ ਜਿਹੜਾ ਸੁੱਖਾ ਕਾਲਮਾ ਦੀ ਮੌਤ ਦਾ ਬਦਲਾ ਉਹ ਪਰਮਾਤਮਾ ਨੇ ਜਾਂ ਇਨਸਾਫ ਹੋ ਗਿਆ ਤੁਹਾਡੇ ਨਾਲ? ਦੇਖੋ ਜੀ, ਸੁੱਖੇ ਦੇ ਨਾਲ ਨਾਲ ਹੋਰ ਵੀ ਇਹਨੇ ਜਦੋਂ ਆ ਹੁਣ ਜੇਲ੍ਹ 'ਚੋਂ ਆਇਆ ਆ ਇਹਨੇ ਹੋਰ ਵੀ ਕਈ ਘਰਾਂ ਦੇ ਜਿਹੜੇ ਆ ਇਹਨੇ ਦੀਪ ਚਿਰਾਗ ਜਿਹੜੇ ਆ ਬੁਝਾਏ ਆ ਇੱਥੇ। ਮੁੰਡੇ ਜਿਹੜੇ ਗੁਰਦਾਸਪੁਰ ਵੱਲ ਸੂਬੇਦਾਰ ਹੋਣੀ ਜਾਂ ਇੱਕ ਮੁੰਡਾ ਉੱਥੇ ਮੰਦਰ ਦੇ ਵਿੱਚ ਜਿਹੜੇ ਗਏ ਆ ਪੰਚਕੂਲੇ, ਅਤੇ ਉਹ ਜਿਹੜੇ ਜਾ ਕੇ ਇੱਦਾਂ ਹੀ ਬੇਵਜ੍ਹਾ ਜਿਹੜੀ ਕਿ ਇੱਕ ਖੁੰਖਾਰ ਜਿਹੜਾ ਅਪਰਾਧੀ ਬਣਿਆ ਫਿਰਦਾ ਸੀ ਉਹ, ਅਤੇ ਪਰਮਾਤਮਾ ਨੇ ਇਨਸਾਫ ਕੀਤਾ ਜੀ, ਸਾਰਿਆਂ ਨੂੰ ਇਨਸਾਫ ਮਿਲਿਆ। ਅੱਛਾ, ਕਿਹਾ ਜਾਂਦਾ ਕਿ ਕਿਸੇ ਵੇਲੇ ਇਹਨਾਂ ਦਾ ਭਰਾਵਾਂ ਵਰਗਾ ਪਿਆਰ ਸੀ, ਵਿੱਕੀ ਗਾਉਂਡਰ ਇੱਥੇ ਆਉਂਦਾ ਹੁੰਦਾ ਸੀ ਅਤੇ ਇੱਕ ਦੂਜੇ ਸੰਪਰਕ ਕਦੋਂ ਆਏ ਇਹ ਦੋਨੇ ਸੁੱਖਾਂ ਅਤੇ ਵਿੱਕੀ? ਇਹ ਇੱਦਾਂ ਸੀਗਾ ਜੀ, ਸਪੋਰਟਸ ਕਾਲਜ ਦੇ ਵਿੱਚ ਇਹੋ ਵੀ ਵਿੱਕੀ ਜਿਹੜਾ ਸੀਗਾ ਇਹ ਵੀ ਉੱਥੇ ਗੇਮ ਵਗੈਰਾ ਕੁਛ ਕਰਦਾ ਸੀਗਾ ਅਤੇ ਉੱਥੇ ਜਿਹੜਾ ਪ੍ਰੇਮਾ ਲਾਹੌਰੀਆ ਉਹ ਵੀ ਉੱਥੇ ਹੀ ਹੁੰਦਾ ਸੀ ਅਤੇ ਇਹ ਸੁੱਖੇ ਦੀ ਵੀ ਉੱਥੇ ਭਾਈਬੰਦ ਦੋ ਚਾਰ ਹੋਰ ਮੁੰਡੇ ਹੁੰਦੇ ਸੀ ਅਤੇ ਉੱਥੇ ਆਉਣੀ ਜਾਣੀ ਹੁੰਦੀ ਸੀਗੀ ਇਹਦੀ, ਅਤੇ ਉੱਥੇ ਜਿਹੜਾ ਇਹਨਾਂ ਨੇ ਜਿੱਦਾਂ ਇੱਕ ਦੂਜੇ ਦੇ ਨਾਲ ਪਹਿਲਾਂ ਉੱਥੇ ਕੋਈ ਬਹਿਕ ਹੈ ਗੇਮ ਵਗੈਰਾ ਜਦੋਂ ਕਰਦੇ ਸੀਗੇ ਉੱਥੇ ਆਉਣੀ ਜਾਣੀ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਹੋ ਗਿਆ ਅਤੇ ਇੱਦਾਂ ਹੀ ਹੌਲੀ ਹੌਲੀ ਜਿਹੜਾ ਆ ਉਹ ਫੇਰ ਘਰ ਵੀ ਇੱਥੇ ਆਉਣ ਲੱਗ ਪਿਆ। ਫਿਰ ਉੱਥੋਂ ਬਾਅਦ ਦੇ ਵਿੱਚ ਇੱਕ ਦੂਜੇ ਦੇ ਜਦੋਂ ਘਰ ਆਉਣੀ ਜਾਣੀ ਹੋ ਗਈ, ਸੁੱਖੇ ਨੇ ਇਹਦੇ ਹਾਲਾਤ ਦੇਖ ਕੇ ਇਹਦੇ ਪਿੰਡ ਜਾ ਕੇ ਉੱਥੇ ਬੜਾ ਇਹਨੇ ਇਹਦੇ ਜਾ ਕੇ ਉੱਥੇ ਪਰਿਵਾਰ ਦੀ ਬੜੀ ਹੈਲਪ ਕੀਤੀ ਅਤੇ ਇਹਨੇ ਫਿਰ ਉਹ ਕੁਛ ਟਾਈਮ ਬਾਅਦ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੁੱਖੇ ਦੇ ਘਰ। ਸੁੱਖੇ ਦੇ ਘਰ ਰਹਿਣ ਮੇਰਾ ਖਿਆਲ ਆ ਕਿ ਇਹ ਸਾਲ ਦੋ ਸਾਲ ਦੇ ਕਰੀਬ ਹੀ ਇੱਥੇ ਰਿਹਾ ਹੋਣਾ ਆ ਅਤੇ ਇੱਥੇ ਹੀ ਇਹਨੇ ਖਾਣਾ ਪੀਣਾ ਇੱਥੇ ਹੀ ਇਹਨੇ ਸੌਣਾ ਅਤੇ ਇੱਥੋਂ ਸਿਰਫ ਇੱਕ ਵਾਰੀ ਮੈਨੂੰ ਯਾਦ ਆ ਵੀ ਇੱਕ ਵਾਰੀ ਇਹ ਗਏ ਆ ਇੱਥੋਂ ਕਈ ਕਣਕ ਕਤਰਾਉਣ ਚੱਲਿਆ ਆ ਆਪਣੇ ਡੈਡੀ ਨਾਲ, ਉਹ ਵੀ 3-4 ਮੁੰਡੇ ਇੱਥੋਂ ਸੁੱਖੇ ਦੇ ਨਾਲ ਘੱਲੇ ਕਿ ਜਾ ਆਪਣੇ ਡੈਡੀ ਦੀ ਉੱਥੇ ਕਣਕ ਕਤਰਾਇਆ ਅਤੇ ਹੈਲਪ ਕਰਾਇਆ ਅਤੇ ਮੁੜ ਕੇ ਫਿਰ ਹਫ਼ਤੇ ਬਾਅਦ ਫਿਰ ਇੱਥੇ ਆ ਗਿਆ ਇਹ। ਤੁਹਾਡੇ ਕਹਿਣ ਦਾ ਮਤਲਬ ਕਿ ਸੁੱਖਾ ਛੋਟੇ ਭਰਾਵਾਂ ਵਾਂਗ ਵਿੱਕੀ ਨੂੰ ਰੱਖਦਾ ਸੀ ਅਤੇ ਉਹੀ ਫਿਰ ਆਖਿਰ ਗੱਲ ਵਿਗੜੀ ਕਿੱਥੋਂ ਕੁਛ ਹੈ ਤੁਹਾਨੂੰ ਜਾਣਕਾਰੀ ਕਿ ਕਿੱਥੋਂ ਉਹਦੇ ਦੁਸ਼ਮਣੀ ਕਿੱਥੋਂ ਪਈ ਦੋਵਾਂ? ਗੱਲ ਦੇਖੋ ਜੀ, ਇਹ ਤਾਂ ਹੁਣ ਉਹਨੂੰ ਪਤਾ ਆ ਵੀ ਉਹਦੇ ਮਨ ਦੇ ਵਿੱਚ ਕੀ ਸੀਗਾ ਅਤੇ ਜੋ ਯਾਨੀ ਕਿ ਜਿੱਦਾਂ ਸਾਡੇ ਹਲਕੇ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਜੋ ਸੁੱਖੇ ਦਾ ਸੀਗਾ ਤਾਂ ਸੁੱਖਾ ਤਾਂ ਯਾਨੀ ਕਿ ਹਰੇਕ ਕੋਈ ਕਿਸੇ ਨਾਲ ਉਹਦਾ ਪਿਆਰ ਸੀ, ਹਰੇਕ ਕਿਸੇ ਦਾ ਇੱਜ਼ਤ ਮਾਣ ਕਰਨ ਵਾਲਾ ਸੀਗਾ,
ਅਤੇ ਸਾਰਿਆਂ ਨੇ ਉਸ ਟਾਈਮ ਇੰਨਾ ਦੁੱਖ ਮਨਾਇਆ ਸੀ, ਸਾਡੇ ਹਲਕੇ ਨੇ ਮੇਰਾ ਖਿਆਲ ਹੈ ਕਿ ਹਫ਼ਤਾ ਲੋਕਾਂ ਦੇ ਘਰ ਚੁੱਲ੍ਹਿਆਂ ਦੇ ਵਿੱਚ ਅੱਗ ਨਹੀਂ ਸੀ ਬਲੀ ਜਦੋਂ ਸੁੱਖੇ ਦਾ ਇਹ ਕੰਮ ਹੋਇਆ, ਅਤੇ ਹਰੇਕ ਕਿਸੇ ਨੇ ਬਹੁਤ ਦੁੱਖ ਮਨਾਇਆ ਸੀ ਉਸ ਵੇਲੇ ਸੁੱਖੇ ਦਾ। ਅਤੇ ਬਾਕੀ ਉਹਦੇ ਹੁਣ ਮਨ ਦੇ ਵਿੱਚ ਕੀ ਸੀਗਾ ਜਾਂ ਉਹਨੇ ਕਿਉਂ ਇੱਦਾਂ ਕੀਤੀ ਇਹ ਤਾਂ ਹੁਣ ਉਹ ਜਾਣਦਾ ਆ, ਕੋਈ ਉਹਦੇ ਮਨ ਦੇ ਵਿੱਚ ਕੋਈ ਲਾਲਚ ਸੀ ਜਾਂ ਇਹਨੂੰ ਦੇਖ ਕੇ ਜੈਲਸੀ ਪੈਦਾ ਹੋ ਗਈ। ਅਤੇ ਪਰ ਉਹਦੇ ਮਾਂ ਪਿਓ ਜਿਹੜੇ ਸੀ ਸੁੱਖੇ ਦੇ ਉਸ ਟਾਈਮ ਇੱਥੇ ਸੀਗੇ, ਉਹਦੀ ਮੰਮੀ ਯਾਨੀ ਕਿ ਇਹਨੂੰ ਰੋਟੀਆਂ ਪਕਾ ਪਕਾ ਕੇ ਖਿਲਾਉਂਦੀ ਰਹੀ, ਪਰ ਉਹਨੇ ਤਾਂ ਇਹ ਚੀਜ਼ ਦਾ ਵੀ ਉਹਨੇ ਥੋੜ੍ਹਾ ਵੀ ਮੁੱਲ ਨਹੀਂ ਪਾਇਆ। ਜਦੋਂ ਸੁੱਖਾ ਕਾਲਮ ਦੀ ਮੌਤ ਹੋਈ ਉਸ ਤੋਂ ਪਹਿਲਾਂ ਤੁਸੀਂ ਪੇਸ਼ੀਆਂ 'ਤੇ ਜਾਂਦੇ ਰਹੇ, ਸੁੱਖੇ ਕਾਲਮ ਨੂੰ ਮਿਲਦੇ ਰਹੇ, ਕਦੇ ਸੁੱਖੇ ਨੇ ਇਹ ਸ਼ੰਕਾ ਜ਼ਾਹਰ ਕੀਤੀ ਸੀ ਵੀ ਗੌਂਡਰ ਉਹਦਾ ਕਤਲ ਕਰ ਸਕਦਾ ਜਾਂ ਪ੍ਰੇਮਲ ਹੋਰੀਆ ਮਿਲ ਕੇ ਉਹਦਾ ਕਤਲ ਕਰ ਸਕਦੇ ਜੋ ਇੰਨਾ ਜਿਹਨਾਂ ਦਾ ਪਿਆਰ ਕਰਦੇ ਸੀ? ਦੇਖੋ ਜੀ, ਜਿੱਦਾਂ ਆਪਾਂ ਗੌਂਡਰ ਦਾ ਨਾਂ ਆਉਂਦਾ ਆ, ਇੱਦਾਂ ਹੀ ਜਿਹੜਾ ਪ੍ਰੇਮਾ ਲਾਹੌਰੀਆ ਨਾ, ਪ੍ਰੇਮਾ ਲਾਹੌਰੀਆ ਵੀ ਇੱਕ ਜੈਲਸ ਜਿਹੜੀ ਬਹੁਤ ਜ਼ਿਆਦਾ ਸੁੱਖੇ ਨਾਲ ਕਰਦਾ ਸੀਗਾ। ਅਸਲੀ ਜਿਹੜਾ ਜੋ ਯਾਨੀ ਕਿ ਸਾਨੂੰ ਪਤਾ ਲੱਗਦਾ ਕਿ ਜਿਹੜਾ ਅਸਲੀ ਮਾਸਟਰ ਮਾਇੰਡ ਇਹੋ ਹੀ ਸੀਗਾ ਪ੍ਰੇਮਾ ਲਾਹੌਰੀਆ, ਉਹਨੇ ਗੌਂਡਰ ਨੂੰ ਵਰਤ ਕੇ ਅਤੇ ਇਹ ਕੰਮ ਜਿਹੜਾ ਕੀਤਾ ਸੀਗਾ। ਅਤੇ ਮੈਂ ਸੁੱਖੇ ਦੇ ਕੋਲ ਜਦੋਂ ਅਸੀਂ ਜਾਂਦੇ ਰਹੇ ਹਾਂ, ਮੋਸਟਲੀ ਉਹਦੀ ਤਿੰਨ ਵੀਕ ਦੇ ਵਿੱਚ ਇੱਥੇ ਤਿੰਨ ਚਾਰ ਦਿਨ ਆਉਂਦਾ ਹੀ ਸੀਗਾ, ਜਲੰਧਰ ਉਹਦੀ ਤਰੀਕ ਹੁੰਦੀ ਸੀ ਕੋਈ ਨਾ ਕੋਈ। ਅਤੇ ਉੱਥੇ ਸੁੱਖੇ ਨੇ ਹਮੇਸ਼ਾ ਮੈਨੂੰ ਤਾਂ ਨਹੀਂ ਇਹ ਗੱਲ ਕਹੀ, ਪਰ ਉਹਨੇ ਨਾ ਮੈਂ ਉਹਨੂੰ ਹਮੇਸ਼ਾ ਇਹ ਗੱਲ ਕਹਿੰਦਾ ਸੀ ਕਿ ਸੁੱਖੇ ਤੂੰ ਕੋਈ ਵੀ ਹੁਣ ਗਲਤ ਕੰਮ ਨਹੀਂ ਕਰਨਾ, ਕਿਉਂਕਿ ਉਹਦੇ ਵੱਡੇ ਬ੍ਰਦਰ ਦੀ ਵੀ ਡੈਥ ਹੋ ਗਈ ਸੀ। ਅਤੇ ਉਹਦੀ ਡੈਥ ਹੋਣ ਤੋਂ ਬਾਅਦ ਦੇ ਵਿੱਚ ਉਹਦੇ ਮੰਮੀ ਡੈਡੀ ਜਿਹੜੇ ਉਹ ਵਿਚਾਰੇ ਬਹੁਤ ਇਕੱਲੇ ਆ, ਜਿੱਦਾਂ ਫਿਰ ਬੰਦਾ ਵੀ ਸਾਡਾ ਇੱਕ ਜੇਲ੍ਹ 'ਚ ਬੈਠਾ ਆ, ਅਤੇ ਉਹ ਵੀ ਬ੍ਰਦਰ ਉਹਦਾ ਜੇਲ੍ਹ 'ਚ ਹੀ ਸੀਗਾ ਵਿਚਾਰਾ, ਉਹ ਵੀ ਉੱਥੇ ਪੂਰਾ ਹੋ ਗਿਆ। ਅਤੇ ਸੁੱਖਾ ਇਸ ਗੱਲ ਨੂੰ ਸਮਝਦਾ ਸੀ, ਤਾਂ ਉਹ ਵੀ ਹੈ ਨਾ ਇਹ ਚੀਜ਼ ਤੋਂ ਮੁੜਨਾ ਚਾਹੁੰਦਾ ਸੀ ਪਿੱਛੇ ਕਿ ਮੈਂ ਆਪਣੇ ਮਾਂ ਪਿਓ ਦਾ ਆਸਰਾ ਬਣਾ, ਕੁਛ ਆਪਣੇ ਘਰ ਬਾਰੇ ਸੋਚਾਂ। ਅਤੇ ਉਹ ਅਸੀਂ ਉਹਨੂੰ ਹਮੇਸ਼ਾ ਇਹ ਕਹਿੰਦੇ ਸੀ ਕਿ ਤੂੰ ਹੁਣ ਨਾ ਆਪਣੇ ਕੇਸਾਂ ਦੀ ਕੇਅਰ ਕਰ, ਜੋ ਕਾਨੂੰਨ ਦੇ ਤਰੀਕੇ ਦੇ ਨਾਲ ਸੁੱਖੇ ਕੋਈ ਗਲਤੀ ਨਾ ਕਰੀ, ਕਿਉਂਕਿ ਪਹਿਲਾਂ ਇੱਕ ਦੋ ਵਾਰੀ ਉਹ ਗਲਤੀ ਕਰ ਚੁੱਕਾ ਸੀ ਜਿਹੜਾ ਜੇਲ੍ਹ ਦੇ ਵਿੱਚੋਂ ਦੌੜਾ ਸੀ ਨਾ। ਅਤੇ ਅਸੀਂ ਉਹਨੂੰ ਇਸੇ ਕਰਕੇ ਕਿ ਤੂੰ ਇੱਦਾਂ ਦਾ ਕੋਈ ਵੀ ਕਿਸੇ ਦੇ ਇੱਦਾਂ ਦੇ ਬੰਦੇ ਦੇ ਵਿੱਚ ਗਲਤ ਜਿਹੜਾ ਬੰਦਾ ਤੈਨੂੰ ਕੋਈ ਗਾਈਡ ਕਰੇ, ਉਹਦੇ ਪਿੱਛੇ ਲੱਗ ਕੇ ਕੋਈ ਇੱਦਾਂ ਦਾ ਸਟੈਪ ਨਹੀਂ ਚੱਕਣਾ ਕਿ ਤੂੰ ਫਿਰ ਇੱਦਾਂ ਦੀ ਗਲਤੀ ਕਰੇ ਅਤੇ ਫਿਰ ਜਾ ਕੇ ਕੋਹਾਂ ਪਿੱਛੇ ਫਿਰ ਪੈ ਜਾਵੇਂ। ਅਤੇ ਉਹ ਮੈਨੂੰ ਮੈਂ ਇੱਕ ਦਿਨ ਜਿੱਦਣ ਇਹ ਹੈਪਨ ਹੋਇਆ, ਉਹ ਤੋਂ ਦੋ ਥੋੜ੍ਹੇ ਦਿਨ ਪਹਿਲਾਂ ਨਾ ਮੈਂ ਉੱਥੇ ਸੁੱਖੇ ਨੂੰ ਇਹ ਗੱਲ ਕਹੀ, ਮੈਂ ਕਿਹਾ ਸੁੱਖੇ ਕਿ ਆ ਨਾ ਉੱਧਰ ਮੁੰਡੇ ਸੀਗੇ ਕੁਛ ਉੱਥੇ, ਉਹਨੂੰ ਮਿਲਣ ਆਏ 10-15, ਅਤੇ ਮੈਂ ਉਹਦੇ ਕੋਲ ਕੰਟੀਨ ਦੇ ਵਿੱਚ ਬੈਠਾ ਅਤੇ ਉਹ ਸੈਲਫੀ ਲੈਣ ਲੱਗ ਪਿਆ ਉਹਦੇ ਨਾਲ, ਵੀ ਉਹ ਫੋਟੋ ਖਿਚਾਉਣ ਪਿੱਛੇ। ਉਹ ਪੁਲਿਸ ਵਾਲੇ ਚਲੋ ਕਹਿੰਦੇ ਵੀ ਹੁੰਦੇ ਆ ਵੀ ਨਾ ਕਰੋ ਨਾ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇਹਨਾਂ ਨੂੰ ਕਿਉਂ ਬੁਲਾਉਣਾ ਹੁੰਦਾ ਆ ਨਾ, ਅਤੇ ਵੀ ਤੂੰ ਦੇਖ ਇੱਦਾਂ ਜਿੱਦਾਂ ਬੰਦਾ ਨਿਗਾਹ ਦੇ ਵਿੱਚ ਰਹਿੰਦਾ, ਤੂੰ ਹੁਣ ਆਪਣੀ ਜਿਹੜਾ ਮਾਂ ਪਿਓ ਦਾ ਆਸਰਾ ਬਣ ਅਤੇ ਤੂੰ ਆਪਣੇ ਘਰ ਬਾਰੇ ਸੋਚਣਾ ਆ, ਵੀ ਤੂੰ ਇੱਦਾਂ ਦੇ ਕੰਮਾਂ ਦੇ ਵਿੱਚ ਕੀ ਕਰਨਾ, ਇਹਨਾਂ ਨੂੰ ਇੰਨੇ ਬੰਦੇ ਜੇ ਆਉਂਦੇ ਵੀ ਇਹਨਾਂ ਨੂੰ ਕਿਹਾ ਕਰ ਇੱਥੇ ਨਾ ਆਓ ਹੈ ਨਾ। ਅਤੇ ਉੱਧਰ ਉਹਨੇ ਮੈਨੂੰ ਕਿਹਾ, ਕਹਿੰਦਾ ਕਿ ਭਾਅ ਜੀ ਗੱਲ ਇਹ ਵੀ ਇੱਕ ਮੈਨੂੰ ਨਾ ਜਿਹੜਾ ਬੰਦਾ ਪ੍ਰੇਮੇ ਹੁਣਾਂ ਦੇ ਵਿੱਚ ਆ ਉਹ ਮੈਨੂੰ ਇਨਫੋਰਮੇਸ਼ਨ ਦਿੰਦਾ ਆ ਸਾਰੀ, ਵੀ ਇਹ ਪ੍ਰੇਮਾ ਲਾਹੌਰੀਆ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦੇ ਵਿੱਚ ਰਹਿੰਦਾ ਆ, ਅਤੇ ਉਹਨੇ 5-6 ਬੰਦੇ ਜਿਹੜੇ ਆ ਨਾ ਉੱਥੇ ਹੋਰ ਆਪਣੇ ਵਰਗੇ ਗੈਂਗਸਟਰ ਉਹਨੇ ਉੱਥੇ ਸੱਦੇ ਹੋਏ ਆ, ਅਤੇ ਉਹ ਪਲੈਨਿੰਗ ਕਰਦੇ ਆ ਕਹਿੰਦਾ ਮੈਨੂੰ ਇੱਥੇ ਪੈਣ ਦੀ। ਪਰ ਮੈਂ ਉੱਦਣ ਉਹਨੂੰ ਬਹੁਤ ਮੈਂ ਕਿਹਾ ਵੀ ਤੂੰ ਕੀ ਸੋਚਦਾ ਕਿ ਇੱਦਾਂ ਦੇ, ਮੈਂ ਕਿਹਾ ਜਿਹੜੇ ਬੰਦੇ ਆਣ ਕੇ ਤੈਨੂੰ ਕਹਿ ਦਿੰਦੇ ਕਿ ਉਹ ਤੈਨੂੰ ਪੈਣ ਦੀ ਪਲੈਨਿੰਗ ਕਰਦੇ, ਮੈਂ ਕਿਹਾ ਐਡੇ ਐਡੇ ਦੇਖ ਐਡੇ ਐਡੇ ਖਾੜਕੂ ਟੈਰੋਰਿਸਟ ਕਿੱਡੇ ਸਕਿਉਰਿਟੀ ਹੁੰਦੀ ਆ, ਇਹ ਕਸਟਡੀ ਬਹੁਤ ਵੱਡੀ ਚੀਜ਼ ਹੁੰਦੀ ਕਿ ਤੈਨੂੰ ਇੱਦਾਂ ਥੋੜ੍ਹੋ ਕਿ ਆਣ ਕੇ ਜਿਹੜਾ ਆ ਵੀ ਉੱਦਾਂ ਹੀ ਕੋਈ ਪੈ ਜਾਊਗਾ, ਵੀ ਤੂੰ ਬਿਲਕੁਲ ਇੱਦਾਂ ਅਫਵਾਹਾਂ ਦੇ ਪਿੱਛੇ ਲੱਗ ਕੇ ਹੈ ਨਾ ਤੂੰ ਇੱਦਾਂ ਦੀ ਗਲਤੀ ਨਾ ਕਰੀਂ। ਅਤੇ ਬਸ ਇਹ ਉਹਨੇ ਜ਼ਰੂਰ ਮੈਨੂੰ ਕਿਹਾ ਜ਼ਰੂਰ ਆ ਵੀ ਹਾਂ। ਫਿਰ ਉਹ ਤੋਂ ਐਕਚੁਅਲੀ ਉੱਥੇ ਉਹਨੇ ਇੱਕ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਮੈਨੂੰ ਆਪਣੀ ਜਾਨ ਦਾ ਖਤਰਾ ਆ, ਉਹਦੀ ਕਾਪੀ ਵੀ ਮੇਰਾ ਖਿਆਲ ਸਾਨੂੰ ਮਿਲ ਸਕਦੀ ਆ। ਅਤੇ ਤੁਸੀਂ ਕਿਹਾ ਕਿ ਪ੍ਰੇਮਾ ਲਾਹੌਰੀਆ ਜੈਲਸ ਕਰਦਾ ਸੀ ਕਿਸ ਚੀਜ਼ ਤੋਂ, ਜਾਂ ਸੁੱਖੇ ਕਾਲਮਾਂ ਦੀ ਮਕਬੂਲੀਅਤ ਤੋਂ ਜਾਂ ਦੋਨਾਂ ਦੀ ਦੋਸਤੀ ਤੋਂ? ਦੇਖੋ ਜਿੱਦਾਂ ਵਿੱਕੀ ਇੱਥੇ ਰਹਿੰਦਾ ਸੀ, ਵਿੱਕੀ ਨੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ, ਅਤੇ ਇੱਥੇ ਭਰਾ ਵਾਂਗੂ ਉਸ ਵੇਲੇ ਤਾਂ ਬੜੇ ਉਹ ਪ੍ਰੇਮੇ ਹੋਣੀ ਵੀ ਰੋਜ਼ ਹੀ ਆਉਂਦੇ ਜਾਂਦੇ ਸੀ। ਅਤੇ ਜਿੱਦਾਂ ਹੁਣ ਪ੍ਰੇਮੇ ਦੇ ਮਨ ਦੇ ਵਿੱਚ ਕੀ ਆਇਆ, ਯਾਨੀ ਕਿ ਉਹਨਾਂ ਦੀ ਜੈਲਸ ਕਿੱਥੋਂ ਸ਼ੁਰੂ ਹੋਈ? ਇੱਕ ਤਾਂ ਇੱਥੇ ਨਾ ਲਿੱਦੜਾ ਪਿੰਡ ਇੱਕ ਮਰਡਰ ਹੋ ਗਿਆ ਸੀਗਾ ਸੁੱਖੇ ਦੇ ਕੋਲੋਂ, ਕੋਈ ਬਾਬਾ ਨਾਂ ਦਾ ਮੁੰਡਾ ਸੀਗਾ, ਲਵਲੀ ਬਾਬਾ, ਹਾਂਜੀ। ਉਹ ਲਵਲੀ ਬਾਬੇ ਦੇ ਮਰਡਰ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੇਮਾ ਸੀਗਾ ਉਹ ਕੁਛ ਇਹ ਕਹਿੰਦਾ ਕਿ ਮੇਰਾ ਉਹ ਭਰਾ ਇੱਦਾਂ ਉਹ ਇਹਦੇ ਨਾਲੋਂ ਥੋੜ੍ਹਾ ਟੁੱਟ ਗਿਆ ਸੀ, ਅਤੇ ਪਰ
ਉਹ ਤੋਂ ਬਾਅਦ ਦੇ ਵਿੱਚ ਜਿਹੜਾ ਸੁੱਖਾ ਆ, ਸੁੱਖਾ ਵੀ ਫਿਰ ਯਾਨੀ ਕਿ ਪਿੰਡ ਤੋਂ ਬਾਹਰ ਰਹਿਣਾ ਸ਼ੁਰੂ ਹੋ ਗਿਆ। ਉਹ ਫਿਰ ਸਾਡੀ ਰੇਂਜ 'ਚ ਨਹੀਂ ਆਇਆ ਨਾ, ਵੀ ਸਾਨੂੰ ਜਾਂ ਨਹੀਂ ਪਿੰਡ ਦੇ ਬੰਦੇ ਮੂੰਹ ਤੋਂ ਵਾਰ ਕੋਈ ਬਿਠਾਲ ਕੇ ਸਮਝਾਉਂਦੇ ਆ ਵੀ ਚਲੋ ਜਾਂ, ਪਰ ਉਹ ਫਿਰ ਇਹਨਾਂ ਦੀ ਜਿਹੜੀ ਇਹਨਾਂ ਨੇ ਦੁਸ਼ਮਣੀ ਜਿਹੜੀ ਆ ਆਪਣੇ ਦਿਲਾਂ ਦੇ ਵਿੱਚ ਪਾਲਣੀ ਸ਼ੁਰੂ ਕਰ ਦਿੱਤੀ, ਅਤੇ ਉਹੀ ਜਿਹੜੀ ਉਹ ਮੇਰੇ ਹਿਸਾਬ ਨਾਲ ਅੱਗੇ ਵੱਧਦੀ ਰਹੀ। ਸੋ ਇਹ ਸਾਰੀ ਗੱਲਬਾਤ ਚੱਲ ਰਹੀ ਆ ਸੁੱਖਾ ਕਾਲਮਾ ਅਤੇ ਵਿੱਕੀ ਗੌਂਡਰ ਦੇ ਸਫ਼ਰ ਬਾਰੇ। ਸੋ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਿਹੜੀ ਆ ਗੱਲਬਾਤ ਅਸੀਂ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਸੁੱਖਾ ਕਾਲਮਾ ਦੇ ਘਰ ਬੈਠੇ ਹਾਂ, ਗੱਲਬਾਤ ਕਰ ਰਹੇ ਸੀ ਉਹਨਾਂ ਦੇ ਪਰਿਵਾਰ ਨਾਲ। ਅੱਗੇ ਪੁੱਛਦੇ ਹਾਂ ਪਹਿਲਾਂ, ਜਦੋਂ ਤੁਸੀਂ ਜਦੋਂ ਮੌਤ ਹੋਈ ਸੀ ਸੁੱਖਾ ਕਾਲਮਾ ਦੀ, ਕਤਲ ਹੋਇਆ ਸੀ, ਪੁਲਿਸ ਕਸਟਡੀ ਦੇ ਵਿੱਚ ਹੋਇਆ ਸੀਗਾ ਜੀ, ਇਸ ਤਰ੍ਹਾਂ ਨਾਲ ਕਤਲ ਹੋਇਆ, ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਲੱਗਾ ਕਿ ਸਿਰਫ ਵਿੱਕੀ ਗੌਂਡਰ ਦਾ ਹੀ ਹੱਥ ਹੋ ਸਕਦਾ, ਕਿਉਂਕਿ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਉੱਤੇ ਵੀ ਜਿਹੜਾ ਸ਼ੱਕ ਪਿਆ ਸੀ ਉਦੋਂ? ਦੇਖੋ ਜੀ, ਇੱਦਾਂ ਆ ਕਿ ਜਦੋਂ ਸੁੱਖਾ ਕਹਿ ਰਿਹਾ, ਉਹਨੇ ਕੋਰਟ ਦੇ ਵਿੱਚ ਵੀ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਜਿਹੜਾ ਆ ਪੁਲਿਸ ਕਸਟਡੀ ਦੇ ਵਿੱਚ ਖਤਰਾ ਆ, ਯਾਨੀ ਕਿ ਮੇਰੇ ਨਾਲ ਕੋਈ ਮਿਸਹੈਪਨਿੰਗ ਇੱਦਾਂ ਦੀ ਹੋ ਸਕਦਾ ਆ, ਅਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਹਦੇ 'ਤੇ, ਜਾਂ ਉਹਨਾਂ ਨੂੰ ਪੁਲਿਸ ਨੂੰ ਉਹਦੀ ਜਿਹੜੀ ਸਿਕਿਉਰਿਟੀ ਵਧਾਉਣ ਦੀ ਬਜਾਏ ਉਹਨਾਂ ਨੇ ਘਟਾ ਦਿੱਤੀ ਸੀਗੀ। ਪਹਿਲੋਂ ਸਗੋਂ ਬੰਦ ਗੱਡੀ ਦੇ ਵਿੱਚ ਆਉਂਦਾ ਸੀ, ਉਦੋਂ ਨੂੰ ਓਪਨ ਗੱਡੀ ਦੇ ਵਿੱਚ ਸੀਗਾ। ਅੱਗੇ ਪਹਿਲੋਂ ਉਹਦੇ ਨਾਲ 8-9 ਪੁਲਿਸ ਵਾਲੇ ਹੁੰਦੇ ਸੀਗੇ, ਅਤੇ ਉਦੋਂ ਉਹਦੇ ਨਾਲ ਪੁਲਿਸ ਵਾਲੇ ਵੀ ਜਿਹੜੇ 2-3 ਉਹ ਵੀ 4-5 ਪੁਲਿਸ ਵਾਲੇ ਉਸ ਟਾਈਮ ਤਾਂ ਸੀਗੇ, ਕਿਉਂਕਿ ਅੱਧੀਆਂ ਪੇਸ਼ੀਆਂ ਲੈ ਕੇ ਕਪੂਰਥਲੇ ਚਲ ਜਾਂਦੇ ਸੀ। ਉਹ ਵਾਪਸ ਆਉਂਦੇ ਹੋਏ ਇਹਦੇ ਕੋਲ 2 ਜਣੇ ਰਹਿੰਦੇ ਸੀ ਇੱਥੇ, ਉਹ ਇੱਕ ਡਰਾਈਵਰ ਅਤੇ 2 ਜਣੇ ਅੱਗੇ ਚਲੇ ਜਾਂਦੇ ਸੀ, ਜਿਹੜੇ ਪੇਸ਼ੀਆਂ ਗਿਆਂ ਵਾਲੀਆਂ ਹੁੰਦੀਆਂ ਸੀ, ਅਤੇ ਇਹ 2 ਬੰਦੇ ਲੈ ਕੇ ਆਉਂਦੇ ਸੀ, ਤਾਂ ਉਹ ਵੀ ਓਪਨ ਗੱਡੀ ਦੇ ਵਿੱਚ ਹੈ ਨਾ। ਅਤੇ ਉਹਦੇ ਤੋਂ ਆਪਣੇ ਆਪ ਹੀ ਫਿਰ ਸ਼ੱਕ ਇੱਦਾਂ ਹੁੰਦੀ ਹੈ ਕਿ ਇਹਨਾਂ ਨੂੰ, ਪੁਲਿਸ ਨੂੰ ਜਦੋਂ ਪਤਾ ਸੀਗਾ, ਉਹਨੇ ਸੁਪਰਡੈਂਟ ਨੂੰ ਵੀ ਕਿਹਾ ਸੀਗਾ ਕਿ ਮੈਨੂੰ ਜਿਹੜਾ ਆ ਵੀ ਸਿਕਿਉਰਿਟੀ ਜਿਹੜੀ ਆ, ਉਹਨੇ ਮੈਨੂੰ ਇਹ ਗੱਲ ਖੁਦ ਕਹੀ ਸੁੱਖੇ ਨੇ ਕਿ ਭਾਅ ਜੀ ਮੇਰੀ ਸਿਕਿਉਰਿਟੀ ਵੀ ਘਟਾ ਦਿੱਤੀ ਆ, ਅਤੇ ਲਾਗਡਾਟ ਦੇਖੋ ਮੇਰੀ ਇੰਨੀ ਹੈਗੀ ਆ, ਅਤੇ ਦੁਸ਼ਮਣੀ ਮੇਰੀ, ਅਤੇ ਇਹ ਚੀਜ਼ ਦਾ ਜਿਹੜਾ ਆ ਵੀ ਇਸੇ ਚੀਜ਼ ਦਾ ਖਾਮਾ ਉਹਨੂੰ ਭੁਗਤਣਾ ਪਿਆ ਆ ਵਿਚਾਰੇ ਨੂੰ। ਸਿਕਿਉਰਿਟੀ ਉਹਦੀ ਘਟਾਤੀ ਸੀ, ਹਾਲਾਂਕਿ ਦਲਜੀਤ ਭਾਨਾ ਜਿਹੜਾ ਸਾਥੀ ਹੁੰਦਾ ਸੀ ਉਹਨੇ ਵੀ ਹੁਣ ਕੋਰਟ 'ਚ ਅਰਜ਼ੀ ਦਿੱਤੀ ਸੀ ਕਿ ਉਹਦੀ ਜਾਨ ਨੂੰ ਵੀ ਖਤਰਾ, ਉਹ ਵੀ ਵਿੱਕੀ ਗੌਂਡਰ ਤੋਂ ਹੀ ਜਾਨ ਨੂੰ ਖਤਰਾ ਸੀ, ਉਹਨੇ ਵੀ ਹੁਣ ਅਰਜ਼ੀ ਦਿੱਤੀ ਹੋਈ ਸੀ, ਸ਼ਾਇਦ ਉਹਨੂੰ ਬੁਲਟ ਪਰੂਫ 'ਚ ਲੈ ਕੇ ਆਉਂਦਾ ਜਿਹੜਾ ਦਲਜੀਤ ਭਾਨਾ ਸੀਗਾ। ਦੇਖੋ ਇੱਦਾਂ ਆ ਵੀ ਜਦੋਂ ਬੰਦਾ ਪੁਲਿਸ ਕਸਟਡੀ ਦੇ ਵਿੱਚ ਆ, ਉਹ ਤਾਂ ਆਪ ਉਸ ਹੈ ਤਾਂ ਪੁਲਿਸ ਦੇ ਉੱਤੇ ਹੀ ਆ ਨਾ ਨਿਰਭਰ ਬੰਦਾ, ਆਪਣੀ ਬੰਦਾ ਆਪਣੀ ਖੁਦ ਵੀ ਨਹੀਂ ਕੁਛ ਕਰ ਸਕਦਾ, ਨਾ ਉਹ ਹੱਥ ਪੈਰੋਂ ਕੋਈ ਮਾਰ ਸਕਦਾ, ਨਾ ਭੱਜ ਸਕਦਾ ਆ, ਹੱਥ ਕੜੀ ਲੱਗੀ ਆ ਬੰਦਾ ਵੱਜਿਆ ਆ, ਅਤੇ ਪੁਲਿਸ ਹੀ ਉਹਦਾ ਸੋਚੂਗੀ ਹੈ ਨਾ। ਤਾਂ ਉਹ ਤਾਂ ਫਿਰ ਉਹਨੂੰ ਦੇਖਣਾ ਹੀ ਆ ਕਿ ਮੇਰੀ ਦੁਸ਼ਮਣੀ ਆ, ਭਾਨੇ ਨੇ ਵੀ ਵੀ ਮੇਰੀ ਲਾਗਡਾਟ ਆ, ਅਤੇ ਉਹ ਇਸੇ ਕਰਕੇ ਉਹਨੇ ਕਿਹਾ ਆ ਵੀ ਮੈਨੂੰ ਵੀ ਮੇਰਾ ਇੱਦਾਂ ਹੀ ਨਾ ਹੋਵੇ ਨਾ, ਕਿਤੇ ਇੱਦਾਂ ਹੀ ਹੱਥ ਕੜੀਆਂ ਲੱਗੀਆਂ ਅਤੇ ਮੇਰੇ ਨਾਲ ਉਹ ਇੱਦਾਂ ਕੋਈ ਕਰਕੇ ਉਹ ਜਾਵੇ, ਅਤੇ ਇਸੇ ਕਰਕੇ ਉਹ ਵਿਚਾਰੇ ਨੇ ਐਪਲੀਕੇਸ਼ਨ ਦਿੱਤੀ। ਅੱਛਾ, ਕਹਿੰਦੇ ਤੁਸੀਂ ਸਭ ਤੋਂ ਪਹਿਲਾਂ ਮੌਕੇ 'ਤੇ ਗਿਆ ਸੀ ਜਦੋਂ ਇਹ ਘਟਨਾ ਹੋਈ ਸੀ, ਕਾਲਵਾਂ ਦਾ ਕਤਲ ਹੋਇਆ ਸੀ, ਤਾਂ ਕੀ ਹਾਲਾਤ ਸੀ ਉੱਥੇ ਜਾ ਕੇ? ਕਿਹਾ ਜਾਂਦਾ ਕਿ ਪੁਲਿਸ ਵੱਲੋਂ ਕੋਈ ਗੋਲੀ ਜਵਾਬੀ ਕਾਰਵਾਈ ਚੱਲੀ ਨਹੀਂ ਜਦੋਂ ਉੱਥੇ ਗੌਂਡਰ ਨੇ ਹਮਲਾ ਕੀਤਾ। ਦੇਖੋ ਜੀ, ਕੋਈ ਪੁਲਿਸ ਨੇ ਕੋਈ ਗੋਲੀ ਨਹੀਂ ਚੱਲੀ, ਉਹਨਾਂ ਨੇ ਕਰਕੇ ਪੁਲਿਸ ਤੋਂ ਹਥਿਆਰ ਵੀ ਲੈ ਲਿਆ, ਉਹਨਾਂ ਨੇ ਪੁਲਿਸ ਵਾਲਿਆਂ ਦੇ ਹੱਥੇ ਕਰਕੇ ਉਹਨਾਂ ਨੇ ਸਾਈਡ 'ਤੇ ਖੜ੍ਹੇ ਕਰ ਦਿੱਤੇ, ਅਤੇ ਪੁਲਿਸ ਵਾਲੇ ਇੱਕ ਦਰਸ਼ਕ ਬਣ ਕੇ ਜਿਹੜੇ ਉਹਨਾਂ ਉਹ ਦੇਖਦੇ ਰਹੇ। ਬਾਕੀ ਉਹ ਡਰ ਗਏ ਜਾਂ ਜੋ ਉਹਨਾਂ ਦੇ ਬੰਦੇ ਉਹ ਜ਼ਿਆਦਾ ਸੀ, ਕੁਛ ਵੀ ਉਹਨਾਂ ਨੇ ਯਾਨੀ ਕਿ ਜਿਹੜਾ ਆਪਣਾ ਪ੍ਰਭਾਵ ਇਹਨਾਂ ਦੇ ਬਣਾ ਲਿਆ, ਇਹਨਾਂ ਦੇ ਅਸਲੇ ਲੈ ਕੇ ਇਹਨਾਂ ਨੂੰ ਖੜ੍ਹੇ ਕਰ ਲਿਆ ਇੱਕ ਸਾਈਡ 'ਤੇ, ਅਤੇ ਉਹਨਾਂ ਨੇ ਤਸੱਲੀ ਦੇ ਨਾਲ ਇਹਦੇ ਫੈਰ ਬਸ 50-60 ਫੈਰ ਮਾਰੇ ਇਹਦੇ, ਫਿਰ ਉਹਨਾਂ ਨੇ ਭੰਗੜਾ ਪਾਇਆ ਉੱਥੇ ਪੂਰਾ ਐਨ ਗਦਰ ਮਚਾ ਕੇ, ਤਾਂ ਫਿਰ ਗਏ ਉਹ। ਆਮ ਤੌਰ 'ਤੇ ਕਿਹਾ ਜਾਂਦਾ ਸੀ ਪੰਜਾਬ 'ਚ ਗੱਲ ਕਰਦੇ ਆ, ਹੁਣ ਵੀ ਗੈਂਗਸਟਰਾਂ ਦੀ ਗੱਲ ਹੁੰਦੀ ਹੈ, ਕਿਉਂਕਿ ਨੌਜਵਾਨ ਕਾਫੀ ਇਸ ਪਾਸੇ ਜਾ ਰਹੇ ਕਿ ਗੀਤ ਸੁਣ ਕੇ ਗੈਂਗਸਟਰਾਂ ਦੇ ਜਾ ਰਹੇ ਆ, ਜਾਂ ਫਿਰ ਨਸ਼ਿਆਂ ਕਰਕੇ ਜਾ ਰਹੇ ਆ, ਬੇਰੁਜ਼ਗਾਰੀ ਕਰਕੇ ਜਾ ਰਹੇ ਆ। ਸੁੱਖਾ ਕਲਮ ਇਹਨਾਂ ਚੀਜ਼ਾਂ ਤੋਂ ਅਲੱਗ ਸੀ, ਕਿਹਾ ਕਿ ਉਹ ਨਸ਼ੇ ਵੀ ਨਹੀਂ ਕਰਦਾ ਸੀਗਾ, ਸ਼ਾਇਦ ਨੌਨ ਵੈਜ ਵੀ ਨਹੀਂ ਖਾਂਦਾ ਸੀ, ਇਸ ਤੋਂ ਇਲਾਵਾ ਕੋਈ ਬੇਰੁਜ਼ਗਾਰੀ ਵਾਲੀ ਗੱਲ ਵੀ ਨਹੀਂ ਸੀ, ਕਿਉਂਕਿ ਉਹਦੇ ਮਾਪੇ ਅਮਰੀਕਾ ਸੀ, ਆਰਥਿਕ ਤੌਰ 'ਤੇ ਠੀਕ ਸੀ। ਫਿਰ ਇਸ ਪਾਸੇ ਸੁੱਖਾ ਕਲਮਾ ਕਿੱਦਾਂ ਤੁਰਿਆ? ਦੇਖੋ ਜੀ, ਗੱਲ ਪਹਿਲੀ ਗੱਲ ਤਾਂ ਪਈ ਜਿਹੜੇ ਹੈ ਨਾ
ਅੱਜ ਕੱਲ੍ਹ ਦੇ ਜਿਹੜੇ ਯੰਗਸਟਰ ਜਿੱਦਾਂ ਇਹਨਾਂ ਨੂੰ ਇੱਕ ਨਾ ਆਪਣਾ ਮੰਨ ਲੈਂਦੇ ਆ ਕਿ ਇਹਨਾਂ ਇਹਨਾਂ ਦੇ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ ਇੱਦਾਂ ਦੇ ਬੰਦਿਆਂ ਨੂੰ। ਜਾਂ ਹੁਣ ਇਹ ਵਿੱਕੀ ਦਾ ਜਿਹੜਾ ਆ, ਜੇ ਦੇਖੋ ਇਹਨੂੰ ਪੂਰੀ ਤਰ੍ਹਾਂ ਜੇ ਬੰਦਾ ਇਹਦੀ ਜੀਵਨੀ ਦੇ ਸਟੱਡੀ ਕਰੇ, ਹੁਣ ਉਹਦੇ ਮਾਂ ਪਿਓ ਆ ਉਹ ਵੀ ਵਿਲਕਦੇ ਰਹਿ ਗਏ, ਉਹਨਾਂ ਦੇ ਇਕੱਲਾ ਇਕੱਲਾ ਪੁੱਤ ਸੀ ਉਹ ਵੀ ਜਾਂਦਾ ਲੱਗਾ ਨਾ। ਦੇਖੋ ਅਖੀਰ ਦੇਖੋ ਇਹਦਾ ਐਂਡ ਤਾਂ ਇਹੋ ਹੀ ਆ ਨਾ, ਗੋਲੀ ਆ। ਅਤੇ ਉਹ ਜੇ ਜਾਂ ਆਪਸ ਵਿੱਚ ਲੜ ਕੇ ਮਰ ਜਾਣਗੇ ਜਾਂ ਪੁਲਿਸ ਦੇ ਹੱਥੋਂ ਮਰਨਾ। ਬਾਕੀ ਹੁੰਦੇ ਆ ਕਿ ਬੰਦੇ ਦੇ ਕਰਮ, ਕਰਮ ਜਿਹੜੇ ਆ ਇਹਨੇ ਹੁਣ ਕਿੱਦਾਂ ਦੇ ਕੀਤੇ ਆ, ਕਿ ਜਾਂ ਕਿਸੇ ਕੋਈ ਗੱਡੀ ਖੋਹੀ ਆ ਜਾਂ ਕੋਈ ਲੁੱਟਮਾਰ ਕੀਤੀ ਆ, ਉਹ ਤਾਂ ਇੱਕ ਪਾਸੇ, ਉਹ ਤਾਂ ਇਹ ਇਹਨਾਂ ਦੇ ਜੋ ਚਾਰਜਸ ਲੱਗੇ ਹੋਊਗੇ, ਜਿਹਨੇ ਜਿੱਦਾਂ ਦੀ ਕਰਨੀ ਉੱਦਾਂ ਦੀ ਭਰਨੀ। ਦੇਖੋ ਇਹ ਜਿਹੜਾ ਹੁਣ ਸੁੱਖੇ ਨੂੰ ਉਹਨੇ ਕਸਟਡੀ ਦੇ ਵਿੱਚ ਮਾਰਿਆ, ਫਿਰ ਆ ਬਾਕੀ ਇੰਨੇ ਮੁੰਡੇ ਜਿਹੜੇ ਆ ਉਹ ਕੋਈ ਗੱਡੀ ਦੇ ਵਿੱਚ ਜਾਂਦਾ ਆ, ਉਹਦੇ ਫਾਇਰਿੰਗ ਕਰਤੀ ਉਹਨੂੰ ਉੱਥੇ ਨਿਹੱਤਾ, ਕੋਈ ਬੰਦਾ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦਾ ਉਹਦੇ 'ਤੇ ਗੋਲੀਆਂ ਮਾਰ ਦਿੱਤੀਆਂ। ਇਹ ਚੀਜ਼ਾਂ ਜਿਹੜੀਆਂ ਇੱਦਾਂ ਦੇ ਬੰਦੇ ਨੂੰ ਫੋਲੋ ਕਰਨਾ ਕੋਈ ਵਧੀਆ ਗੱਲ ਵੀ ਇਹ ਜਿਹੜਾ ਆ ਜਿਹੜੇ ਅੱਜ ਦੀ ਜਿਹੜੀ ਜਨਰੇਸ਼ਨ ਨੂੰ ਉਹਨਾਂ ਨੂੰ ਦੇਖ ਕੇ ਇਹ ਚੀਜ਼ ਦਾ ਜਿਹੜਾ ਐਂਡ ਆ ਉਹ ਤਾਂ ਜੋ ਵਿੱਕੀ ਦਾ ਹੋਇਆ ਇਹੋ ਹੀ ਹੋਣਾ ਆ ਜਿਹੜਾ ਵੀ ਇੱਧਰ ਨੂੰ ਜਾਊਗਾ। ਅਤੇ ਇਹ ਜਿਹੜਾ ਸੁੱਖਾ ਸੀਗਾ, ਸੁੱਖਾ ਨਾ ਉਹਨੇ ਜ਼ਿੰਦਗੀ ਦੇ ਵਿੱਚ ਕੋਈ ਨਸ਼ਾ ਕੀਤਾ, ਨਾ ਉਹਨੇ ਸ਼ਰਾਬ ਪੀਤੀ, ਉਹ ਨੌਨ ਵੈਜ ਤੱਕ ਵੀ ਨਹੀਂ ਸੀ ਖਾਂਦਾ, ਫਿਰ ਉਹ ਹਰੇਕ ਧੀ ਭੈਣ ਦੀ ਇੱਜ਼ਤ ਕਰਦਾ ਸੀ। ਬਾਕੀ ਇੱਦਾਂ ਆ ਵੀ ਅਸੀਂ ਆਪਣੇ ਬੱਚੇ ਦੀ ਵੀ ਅੱਜ ਕੱਲ੍ਹ ਜ਼ਿੰਮੇਵਾਰੀ ਜਿਹੜੀ ਆ ਨਾ, ਬੰਦਾ ਸਹੁੰ ਨਹੀਂ ਖਾ ਸਕਦਾ ਹੁੰਦਾ, ਠੀਕ ਆ ਉਹ ਇਸ ਲੈਂਡ ਦੇ ਉੱਤੇ ਚਲਾ ਗਿਆ, ਕੋਈ ਉਹਦੇ ਮੰਮੀ ਡੈਡੀ ਜਦੋਂ ਬਾਹਰ ਚਲੇ ਗਏ ਆ, ਕੋਈ ਉਹਨੂੰ ਜਾਣੀ ਕਿ ਸਾਂਭਣ ਵਾਲਾ ਜਾਂ ਕੋਈ ਉਮਰ ਇੱਦਾਂ ਦੀ ਹੁੰਦੀ ਆ, ਕੋਈ ਇੱਦਾਂ ਦੇ ਬੰਦਿਆਂ ਦੇ ਉਹ, ਪਰ ਉਹਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਸੀਗੀ, ਜਾਂ ਉਹਦੇ ਮਾਂ ਪਿਓ ਬਾਹਰ ਸੀਗੇ, ਉਹਨੂੰ ਖਰਚਾ ਵਰਚਾ ਵੀ ਸਾਰਾ ਉੱਧਰੋਂ ਆਉਂਦਾ ਸੀਗਾ, ਹਰੇਕ ਪਾਸੇ ਉਹ ਸੌਖਾ ਸੀਗਾ ਵੀ ਉਹਨੂੰ ਕੋਈ ਲੁੱਟਮਾਰ ਕਰਨੀ ਪੈਂਦੀ ਜਾਂ ਉਹਨੂੰ ਕਿਸੇ ਦੀ, ਉਹ ਜਾਣੀ ਕਿ ਹਰੇਕ ਚੀਜ਼ ਆਪ ਅਫੋਰਡ ਕਰ ਸਕਦਾ ਸੀਗਾ, ਉਹ ਤਾਂ ਲੋਕਾਂ ਦੀ ਹੈਲਪ ਕਰਦਾ ਸੀ, ਉਹ ਨਾਲ ਦੇ ਆਪਣੇ ਸਾਥੀਆਂ ਦੀ ਹੈਲਪ ਕਰਦਾ ਸੀਗਾ। ਅਤੇ ਇਸ ਕਰਕੇ ਸੁੱਖੇ ਨੇ ਜਾਣੀ ਕਿ ਉਹ ਕੋਈ ਉਹਨੇ ਜ਼ਿੰਦਗੀ ਦੇ ਵਿੱਚ ਨਸ਼ਾ ਨਹੀਂ ਕੀਤਾ, ਅਤੇ ਇਸੇ ਕਰਕੇ ਉਹਨੂੰ ਸਾਰੇ ਜਾਣੇ ਪਿਆਰ ਕਰਦੇ ਸੀ ਅਤੇ ਉਹਨੂੰ ਫੋਲੋ ਕਰਦੇ ਸੀ। ਜੇ ਉਹਦੇ ਨਾਲ ਚਾਰ ਮੁੰਡੇ ਜੁੜਦੇ ਵੀ ਸੀਗੇ ਅਤੇ ਜੇ ਕੋਈ ਇੱਦਾਂ ਦੀ ਸੰਗਤ ਵਾਲਾ ਬੰਦਾ ਹੁੰਦਾ ਸੀ ਉਹਨੂੰ ਉਹ ਬਿਲਕੁਲ ਆਪਣੇ ਲਾਗੇ ਨਹੀਂ ਆਉਣ ਦਿੰਦਾ, ਉਹਨੂੰ ਜਾਣੀ ਕਿ ਸਿੱਧੇ ਰਸਤੇ 'ਤੇ ਲਿਆਉਂਦਾ ਸੀਗਾ, ਅਤੇ ਨਾ ਕਿ ਉਹ ਵਿਗਾੜਦਾ ਸੀ ਵੀ ਹਾਂ ਵੀ ਜਿੱਦਾਂ ਅੱਜ ਕੱਲ੍ਹ ਮੰਡੀਰ ਆ ਜਿਹੜੇ ਨਸ਼ੇ ਜਿੱਦਾਂ ਚੱਲ ਰਹੇ ਆ, ਕੋਈ ਇੱਦਾਂ ਦੀ ਗੱਲ ਨਹੀਂ। ਸੁੱਖਾ ਕਲਵਾਂ ਦੀ ਵੀ ਫੈਨ ਫੋਲੋਇੰਗ ਬਹੁਤ ਸੀ, ਜੇਲ੍ਹ ਦੇ ਵਿੱਚੋਂ ਫੇਸਬੁੱਕ ਚਲਾਉਂਦਾ ਸੀ ਤਾਂ ਉਸ ਵੇਲੇ ਉਹਦੇ 16,000 ਲਾਈਕ ਸੀਗੇ ਪੇਜ ਉੱਤੇ, ਉਹਨੂੰ ਵੀ ਤਾਂ ਕਾਫੀ ਯੂਥ ਜਿਹੜਾ ਉਦੋਂ ਫੋਲੋ ਕਰਦਾ ਸੀ ਵਿੱਕੀ ਕੌਂਟਰ ਵਾਂਗੂ। ਦੇਖੋ ਜੀ ਮੈਂ ਜਿਹੜਾ ਫੋਲੋ ਕਰਨਾ ਕਿਸੇ ਨੂੰ ਵੀ ਜਾਂ ਸੁੱਖੇ ਨੂੰ ਜਾਂ ਵਿੱਕੀ ਨੂੰ, ਹੁਣ ਇਹ ਆ ਕਿ ਵਿੱਕੀ ਸਿਰਫ ਇੱਕ ਖੌਫ ਦਾ ਦੂਜਾ ਨਾਂ ਵਿੱਕੀ ਗੌਂਡਰ, ਇੱਦਾਂ ਦੀ ਨਿਊਜ਼ ਦੇਖ ਕੇ ਉਹਨੂੰ ਫੋਲੋ ਕਰਨਾ। ਦੇਖੋ ਉਹਨੇ ਕੀਤਾ ਕੀ ਆ, ਕੀ ਕਿੱਦਾਂ ਦੇ ਕਰਮ ਕੀਤੇ, ਕੀ ਉਹਨੇ ਕਿਸੇ ਨਾਲ ਧੱਕਾ ਕੀਤਾ ਜਾਂ ਕੀ ਕੀਤਾ, ਪਹਿਲਾਂ ਇਹ ਦੇਖ ਕੇ ਫਿਰ ਬੰਦੇ ਨੂੰ ਦੇਖੋ ਵੀ ਹਾਂ ਵੀ ਹਾਂ ਸੁੱਖਾ ਠੀਕ ਆ ਉਹ ਇਸ ਸੰਗਤ ਦੇ ਵਿੱਚ ਚਲਾ ਗਿਆ ਜਾਂ ਇਸ ਮਾੜੇ ਪਾਸੇ ਨੂੰ ਚਲਾ ਗਿਆ, ਪਰ ਉਹਦੇ ਕਰਮ ਜਿਹੜੇ ਆ ਨਾ, ਯਾਨੀ ਕਿ ਸਾਡੇ ਹਲਕਾ ਜਿਹੜਾ ਜਾਂ ਸਾਡੇ ਪਿੰਡ ਦੇ ਲੋਕ ਆ ਜਾਂ ਸਾਡੇ ਨੇੜੇ ਤੇੜੇ ਜਿਹੜੇ ਆ, ਜਿਹੜੇ ਉਹਨੇ ਕਰਮ ਕੀਤੇ ਆ, ਇਸੇ ਕਰਕੇ ਉਹਨੂੰ ਉਹਨੇ ਕਰਮਾਂ ਦਾ ਕਰਕੇ ਯਾਦ ਕਰਦੇ ਆ, ਉਹਦੇ ਕਰਮਾਂ ਦਾ ਕਰਕੇ ਹੀ ਲੋਕ ਉਹਨੂੰ ਫੋਲੋ ਕਰਦੇ ਸੀ। ਕੱਲ੍ਹ ਸ਼ਾਮ ਦੀ ਘਟਨਾ ਹੋਈ, ਉਸ ਤੋਂ ਬਾਅਦ ਤੁਹਾਡੀ ਜਿਹੜੇ ਸੁੱਖਾ ਕਾਲਮਾ ਦੇ, ਕਿਉਂਕਿ ਉਹਨਾਂ ਜਿਹੜੇ ਫਾਦਰ ਅਤੇ ਮਾਤਾ ਆ ਉਹ ਅਮਰੀਕਾ 'ਚ ਰਹਿੰਦੇ ਆ, ਵੱਡੇ ਭਰਾ ਦੀ ਵੀ ਡੈਥ ਜੇਲ੍ਹ ਦੇ ਵਿੱਚ ਹੋ ਗਈ ਸੀ ਸੋਨੂ ਦੀ, ਸੁੱਖਾ ਕਾਲਮੇ ਦੀ, ਇਸ ਖਬਰ ਤੋਂ ਬਾਅਦ ਵਿੱਕੀ ਕੌਂਟਰ ਦੀ ਮੌਤ ਤੋਂ ਬਾਅਦ ਉਹਨਾਂ ਦੀ ਕੀ ਪ੍ਰਤੀਕਿਰਿਆ, ਤੁਹਾਡੀ ਕੋਈ ਗੱਲ ਹੋਈ ਉਹਨਾਂ ਨਾਲ? ਹਾਂਜੀ ਗੱਲ ਹੋਈ ਸੀ ਉਹਨਾਂ ਨਾਲ, ਉਹਦੇ ਹੋਰ ਰਿਸ਼ਤੇਦਾਰਾਂ ਨਾਲ ਵੀ, ਅਤੇ ਉਹ ਸਾਰਿਆਂ ਨੇ ਇਹੋ ਹੀ ਗੱਲ ਵੀ ਜੈਸੀ ਕਰਨੀ ਵੈਸੀ ਭਰਨੀ, ਵੀ ਪਰਮਾਤਮਾ ਨੇ ਇਨਸਾਫ ਕੀਤਾ ਆ, ਕਿਉਂਕਿ ਜਿਹੜਾ ਉਹਦੇ ਸੁੱਖੇ ਦੀ ਮੰਮੀ ਦੇ ਵੀ ਦੋ ਜਵਾਨ ਪੁੱਤ ਜਿਹੜੇ ਆ ਉਹਦੇ ਚਲੇ ਗਏ। ਚਲੋ ਇੱਕ ਤਾਂ ਠੀਕ ਆ ਪਰਮਾਤਮਾ ਉਹ ਜਿੱਦਾਂ ਇਹਨੂੰ ਤਾਂ ਸੁੱਖੇ ਨੂੰ ਤਾਂ ਜਾਣ ਬੁੱਝ ਕੇ ਜਿਹੜਾ ਇੱਕ ਹੈ ਨਾ ਮੌਤ ਦਿੱਤੀ ਗਈ ਆ, ਅਤੇ ਉਹ ਉਹਦੇ ਜਿਹੜੇ ਹੈਗੇ ਆ ਕਾਤਲ ਆ ਉਹਨਾਂ ਨੂੰ ਮਾਫ਼ ਥੋੜ੍ਹੋ ਕਰੂਗੀ। ਉਹਨੇ ਤਾਂ ਹਮੇਸ਼ਾ ਹੀ ਪਰਮਾਤਮਾ ਅੱਗੇ ਕਹਿੰਦੀ ਸੀਗੀ ਕਿ ਮੈਨੂੰ ਮੇਰੇ ਪੁੱਤ ਦੇ ਜਿਹੜੇ ਜਿਹਨੇ ਇਹ ਕੰਮ ਕੀਤਾ ਆ ਉਹਨਾਂ ਨੂੰ ਹੁਣ ਅਗਾਂਹ ਆਪਣੇ ਬੁਢਾਪੇ ਲਈ ਕੋਈ ਸਹਾਰਾ ਥੋੜ੍ਹਾ ਦਿੰਦਾ ਆ ਮਾਂ ਪਿਓ ਨੂੰ, ਉਹਨਾਂ ਨੂੰ ਹੁਣ ਇਸ ਟਾਈਮ ਕੰਮ ਕਰਦੇ ਆ ਕਿਹਦੇ ਲਈ ਕਰਦੇ ਆ ਕੀ ਕਰਨਾ ਉਹਨਾਂ ਨੇ, ਕੋਈ ਉਹਨਾਂ ਨੇ ਫਿਊਚਰ ਦੇ ਵਿੱਚ ਇਹ ਥੋੜ੍ਹੋ ਕਿ ਹਾਂ ਵੀ ਸਾਡਾ ਪੁੱਤ ਆ ਅਸੀਂ ਇਹਦਾ ਵਿਆਹ ਸ਼ਾਦੀ ਕਰਨਾ ਆ ਜਾਂ ਕੁਛ ਵੀ, ਉਹਨਾਂ ਦਾ ਉਹਨਾਂ ਦੇ ਵਿਚਾਰਿਆਂ ਦੇ ਬਸ ਕਿਹੋ ਜਿਹੇ ਉਹ ਮਿੱਟੀ ਆ ਇੱਕ ਤਰ੍ਹਾਂ। ਅੱਛਾ ਤੁਸੀਂ ਜਿੱਦਾਂ ਅੱਗੇ ਵੀ ਕਿਹਾ ਸੀਗਾ ਕਿ
ਮਾੜਾ ਹੀ ਅੰਤ ਹੁੰਦਾ ਇਸ ਚੀਜ਼ ਦਾ। ਤੁਸੀਂ ਬਹੁਤ ਲਾਗੇ ਹੋ ਦੇਖਿਆ, ਪਰਿਵਾਰ ਨੇ ਹਟਾਇਆ, ਸੁੱਖਾ ਕਾਲਾ ਦੀ ਮੌਤ ਵੀ ਗੈਂਗ ਵਾਰ 'ਚ ਹੋਈ, ਉਹਦੇ ਵੱਡੇ ਭਰਾ ਦੀ ਮੌਤ ਜੇਲ੍ਹ 'ਚ ਹੋਈ। ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ, ਬਹੁਤ ਨੇੜੋਂ ਦੇਖਿਆ ਇਸ ਚੀਜ਼ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਕੀ ਇਸ ਪਾਸੇ ਨਹੀਂ ਜਾਣਾ ਚਾਹੀਦਾ? ਮੈਂ ਤਾਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਆ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਕੇ ਜਿਹੜਾ ਯੰਗਸਟਰ ਆ ਉਹ ਚੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਕਿ ਹਾਂ ਵੀ ਇਹ ਬੱਲੇ ਬੱਲੇ ਜਿਹੜੀ ਫੋਕੀ ਬੱਲੇ ਬੱਲੇ ਜਿਹੜੀ ਆ ਇਹਦੇ ਵਿੱਚ ਬਿਲਕੁਲ ਨਾ ਇਧਰਲੇ ਪਾਸੇ ਨੂੰ ਜਿਹੜਾ ਜਾਣਾ ਜਾਵੇ ਕੋਈ ਵੀ ਬੰਦਾ, ਕਿਉਂਕਿ ਇਹਦਾ ਜਿਹੜਾ ਐਂਡ ਆ ਜੋ ਆ ਵਿੱਕੀ ਕਾਊਂਟਰ ਦਾ ਹੋਇਆ ਆ ਇਹੋ ਹੀ ਉਹਦਾ ਐਂਡ ਆ। ਜਾਂ ਤਾਂ ਆਪਸ ਦੇ ਵਿੱਚ ਜੇ ਤੁਸੀਂ ਭਾਵਾਂ ਚੰਗੇ ਆ ਜਿਹੜਾ ਤੁਹਾਡਾ ਆਪੋਜੀਸ਼ਨ ਜਿਹੜਾ ਆ ਉਹ ਮਾੜਾ ਹੋਊਗਾ ਜਾਂ ਤਾਂ ਉਹ ਤੁਹਾਡੇ ਗੋਲੀ ਮਾਰ ਦੇਊਗਾ ਜਾਂ ਪੁਲਿਸ ਮਾਰੂਗੀ। ਇਸ ਕਰਕੇ ਇਹਦੇ ਤੋਂ ਜਿੰਨਾ ਵੀ ਆਪਣੇ ਮਾਂ ਪਿਓ ਦੀ ਸੇਵਾ ਕਰੇ, ਬੰਦਾ ਪੜ੍ਹ ਲਿਖ ਕੇ ਕੁਛ ਆਪਣੇ ਮੁਲਕ ਆਪਣੇ ਸੂਬੇ ਲਈ ਆਪਣੇ ਮੁਲਕ ਲਈ ਕੁਛ ਕਰੇ, ਅਤੇ ਇਹ ਪਾਸੇ ਤਾਂ ਬਿਲਕੁਲ ਜਾਣ ਦਾ ਜਿਹੜਾ ਆ ਯੰਗਸਟਰ ਜਿਹੜਾ ਨਾ ਸੋਚੇ ਵੀ ਨਾ। ਇਹ ਵਧੀਆ ਜੀ, ਇਹ ਸਾਡੇ ਨਾਲ ਸੀ ਸੁੱਖਾ ਕਾਲਮਾ ਦੇ ਵੱਡੇ ਭਰਾ, ਜਿਨ੍ਹਾਂ ਨੇ ਬਹੁਤ ਨੇੜਿਓਂ ਸਾਰਾ ਸੰਤਾਪ ਦੇਖਿਆ। ਉਹਨਾਂ ਦਾ ਅੰਤ 'ਤੇ ਕਹਿਣਾ ਇਹੀ ਆ ਕਿ ਇਸ ਪਾਸੇ ਪੰਜਾਬ ਦੇ ਨੌਜਵਾਨਾਂ ਨਹੀਂ ਤੁਰਨਾ ਚਾਹੀਦਾ, ਕਿਉਂਕਿ ਇਹਦਾ ਅੰਤ ਸਿਰਫ ਗੋਲੀ ਆ। ਜਿਵੇਂ ਕਿ ਗੱਲ ਦੇ ਦੌਰਾਨ ਵੀ ਉਹਨਾਂ ਕਿਹਾ ਕਿ ਸੁੱਖੇ ਕਾਲਮ ਦਾ ਵੀ ਇਹੀ ਅੰਤ ਹੋਇਆ ਅਤੇ ਵਿੱਕੀ ਗੋਂਡਰ ਦਾ ਵੀ ਹੋਇਆ ਅਤੇ ਹੋਰ ਵੀ ਜਿਹੜਾ ਇਸ ਰਸਤੇ 'ਤੇ ਚੱਲੂਗਾ। ਹਾਲਾਂਕਿ ਉਹਨਾਂ ਦਾ ਕਹਿਣਾ ਕਿ ਇੱਥੇ ਪਰਮਾਤਮਾ ਨੇ ਉਹਨਾਂ ਨਾਲ ਇਨਸਾਫ ਕੀਤਾ ਆ, ਜਿਸ ਤਰ੍ਹਾਂ ਵਿੱਕੀ ਗੋਂਡਰ ਨੇ ਸੁੱਖਾ ਕਾਲਮ ਦੀ ਜਾਨ ਲਈ ਸੀ ਉੱਦਾਂ ਹੀ ਵਿੱਕੀ ਗੋਂਡਰ ਦੀ ਵੀ ਜਾਨ ਗਈ ਆ। ਪਰ ਫਿਰ ਵੀ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦੂਰ ਆਉਣਾ ਚਾਹੀਦਾ ਹੈ, ਔਰ ਕਿਉਂਕਿ ਇਹ ਸਿਰਫ ਦਿਖਾਵੇ ਦੀਆਂ ਚੀਜ਼ਾਂ ਨੇ ਜਾਂ ਨਸ਼ੇ ਦੀਆਂ ਚੀਜ਼ਾਂ ਨੇ, ਉਸ ਤੋਂ ਬਾਅਦ ਇਹਦਾ ਅੰਤ ਕੋਲ ਹੀ ਹੈ। ਆਪਣੇ ਸਹਿਯੋਗੀ ਕਰਨ ਦੇ ਨਾਲ ਮਨਦੀਪ ਸਿੰਘ ਟੁੱਟ, ਟੀਵੀ ਪੰਜਾਬ, ਜਲੰਧਰ।